ਅਸਲਾਮ ਅਲੈਕੁਮ ਜੀ, ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸੇਵ ਗੁਰਦੁਆਰਾਸ ਐਂਡ ਟੈਂਪਲਸ ਆਫ ਪਾਕਿਸਤਾਨ। ਖਾਲਸਾ ਰਾਜ ਫੁੱਟ ਸਟੈਪਸ ਇਨ ਪਾਕਿਸਤਾਨ, ਖਾਲਸਾ ਰਾਜ ਫੁੱਟ ਸਟੈਪਸ ਨੂੰ ਲੈ ਕੇ ਔਰ ਸੇਵ ਗੁਰਦੁਆਰਾਸ ਐਂਡ ਟੈਂਪਲਸ ਨੂੰ ਲੈ ਕੇ ਮੈਂ ਅੱਜ ਪਹੁੰਚਿਆ ਵਾਂ ਕੋਟ ਨੈਣਾ। ਕੋਟ ਨੈਣਾ ਅਗਰ ਤੁਸੀਂ ਦੇਖੋ ਤਾਂ ਸ਼ਕਰਗੜ੍ਹ ਸ਼ਹਿਰ ਜਿਹੜਾ ਹੈ ਪਾਕਿਸਤਾਨ ਦੇ ਮੈਪ ਦੇ ਵਿੱਚ ਤੁਸੀਂ ਦੇਖੋ, ਡਿਸਟ੍ਰਿਕਟ ਸਿਆਲਕੋਟ ਦੇ ਵਿੱਚ ਨਾਰੋਵਾਲ, ਔਰ ਨਾਰੋਵਾਲ ਤੋਂ ਤੁਸੀਂ ਸ਼ਕਰਗੜ੍ਹ, ਔਰ ਸ਼ਕਰਗੜ੍ਹ ਤੋਂ ਫਿਰ ਤੁਸੀਂ ਈਸਟ ਵਾਲੀ ਸਾਈਡ ਦੇ ਉੱਤੇ 24 ਕਿਲੋਮੀਟਰ ਦੇ ਫਾਸਲੇ ਦੇ ਉੱਤੇ ਤੁਸੀਂ ਜਾਓ ਅਤੇ ਉਸ ਜਗ੍ਹਾ ਦੇ ਉੱਤੇ ਇੱਕ ਵੱਡਾ ਕਸਬਾ ਆਉਂਦਾ, ਵਿਸ਼ਾਲ ਕਸਬਾ ਆਉਂਦਾ ਜਿਹਨੂੰ ਕਿ ਕੋਟ ਨੈਣਾ ਕਿਹਾ ਜਾਂਦਾ ਹੈ, ਨਿਆਣਾ ਕੋਟ ਪੰਜਾਬੀ ਦੇ ਵਿੱਚ। ਇੱਥੇ ਲੋਕਲ ਲੋਕ ਉਹਨਾਂ ਨੂੰ ਗਿਣਦੇ ਨੇ। ਇੱਥੇ ਦੀ ਬੜੀ ਮਜ਼ੇਦਾਰ ਜੀ ਹਿਸਟਰੀ ਹੈ, ਹਿਸਟਰੀ ਦਾ ਪੰਨਾ ਹੈ। ਫਰੋਲਦੇ ਫਰੋਲਦੇ ਜਦੋਂ ਮੈਂ ਖਾਲਸਾ ਰਾਜ ਫੁੱਟ ਸਟੈਪਸ ਔਰ ਸੇਵ ਗੁਰਦੁਆਰਾਸ ਨੂੰ ਲੈ ਕੇ ਜਦੋਂ ਮੈਂ ਕਾਫੀ ਪੰਨੇ ਫਰੋਲੇ ਅਤੇ ਉਹਨਾਂ ਦੇ ਵਿੱਚੋਂ ਮੈਨੂੰ ਇੱਕ ਚੀਜ਼ ਜਿਹੜੀ ਹੈ ਬੜੀ ਖਾਸ ਔਰ ਬੜੀ ਇਤਿਹਾਸਿਕ ਨਜ਼ਰ ਆਉਂਦੀ ਹੈ, ਗੁਰਦੁਆਰਾ ਸ੍ਰੀ ਭਾਈ ਬਾਬਾ ਬੁੱਢਾ ਸਿੰਘ ਜੀ। ਜੀ ਹਾਂ, ਬਾਬਾ ਬੁੱਢਾ ਸਿੰਘ ਜੀ ਦਾ ਜਿਹੜਾ ਗੁਰਦੁਆਰਾ ਜਿਹੜਾ ਹੈ ਉਹ ਇਸ ਜਗ੍ਹਾ ਦੇ ਉੱਤੇ ਸੀ, ਇਸ ਉੱਪਰ ਸੀ ਜਿੱਥੇ ਇਹ ਪ੍ਰਾਇਮਰੀ ਸਕੂਲ ਬਣਿਆ। ਜਾਂ ਇਹ ਜਿਹੜੀ ਜਗ੍ਹਾ ਹੈ ਤੁਸੀਂ ਇਹ ਦੇਖ ਰਹੇ ਹੋ, ਤੁਸੀਂ ਦੇਖੋ ਇਸ ਜਗ੍ਹਾ ਦੇ ਉੱਤੋਂ, ਅਗਰ ਇਸ ਜਗ੍ਹਾ ਦੇ ਉੱਤੋਂ ਤੁਸੀਂ ਦੇਖੋ ਅਤੇ ਇਸ ਜਗ੍ਹਾ ਦੇ ਉੱਤੋਂ ਆਪਣਾ ਇਕਬਾਲ ਕੈਸਰ ਸਾਹਿਬ ਨੇ ਇਸ ਗੁਰਦੁਆਰੇ ਦੇ ਉੱਤੇ ਥੋੜ੍ਹੀ ਜਿਹੀ ਲੋਅ ਪਾਈ ਔਰ ਆਪਣੀ ਹੋਲੀ ਸਿੱਖ ਸ਼ਰਾਈਨਸ ਦੇ ਵਿੱਚ ਜਿਹੜੀ ਹੈ ਇਸ ਜਗ੍ਹਾ ਦੇ ਉੱਤੇ ਬਣੇ ਹੋਏ ਤਿੰਨ ਵਿਸ਼ਾਲ ਜਿਹੜੇ ਕਮਰੇ ਨੇ ਉਹਨੂੰ ਉਹ ਦਿਖਾਏ ਨੇ ਉਹਨਾਂ ਨੇ। ਔਰ ਇਹ ਤੁਸੀਂ ਦੇਖੋ, ਇਹ ਜਿਹੜੀ ਹੈ ਬਾਬਾ ਗੁਰਬਖਸ਼ ਸਿੰਘ ਜਿਹੜੇ ਨੇ, ਬਾਬਾ ਗੁਰਬਖਸ਼ ਸਿੰਘ ਜਿਹੜੇ ਕਿ ਬਾਬਾ ਬੁੱਢਾ ਜੀ ਦੇ ਜਿਹੜੇ ਅਨਮੋਲ ਰਤਨ ਸਨ ਉਹਨਾਂ ਦੀ ਸਮਾਧ ਹੈ। ਅੱਜ ਵੀ ਇੱਥੇ ਸਮਾਧ ਮੌਜੂਦ ਹੈ, ਲੇਕਿਨ ਹੁਣ ਪ੍ਰਾਇਮਰੀ ਸਕੂਲ ਦਾ ਇਸ ਵੇਲੇ ਆਫਿਸ ਬਣ ਚੁੱਕੀ ਹੈ ਔਰ ਆਫਿਸ ਵੀ ਬੰਦ ਹੈ ਫਿਲਹਾਲ। ਇਹ ਬਾਹਰ ਤੁਸੀਂ ਦੇਖੋ ਅਗਰ ਤਾਂ 8 ਕੋਨਿਆਂ 'ਚ ਬਣਿਆ ਹੋਇਆ, ਬੜਾ ਖੂਬਸੂਰਤ ਜਿਹਾ ਉੱਚਾ ਥੜਾ ਹੁੰਦਾ ਸੀ, ਫਿਰ ਬਾਰਾਦਰੀ ਹੁੰਦੀ ਸੀ ਔਰ ਉਹਦੇ ਅੰਦਰ ਸਮਾਧ ਹੁੰਦੀ ਸੀ। ਮੈਂ ਤੁਹਾਨੂੰ ਥੋੜ੍ਹਾ ਜਿੰਨਾ ਇਹਦੇ ਮੁਤਲਕ ਜਿਹੜਾ ਪੁਰਾਣੀ ਇਹਦੀ ਜਿਹੜੀ ਹੈ ਨਿਸ਼ਾਨਦਹੀ ਉਹ ਤੁਹਾਨੂੰ ਮੈਂ ਕਰਦਾ ਚੱਲਾਂ ਕਿ ਵੀ ਆਖਰ ਇਹ ਬਿਲਡਿੰਗ ਜਿਹੜੀ ਸੀ ਕਿਸ ਤਰੀਕੇ ਦੀ ਹੁੰਦੀ ਸੀ, ਇਹਦੀ ਲੁੱਕ ਕਿਸ ਤਰ੍ਹਾਂ ਦੀ ਸੀ। ਜੀ ਹਾਂ, ਇਹ ਇਕਬਾਲ ਕੈਸਰ ਸਾਹਿਬ ਦੀ ਬੁੱਕ ਹੈ ਜਿਹਦਾ ਮੈਂ ਹਵਾਲਾ ਦੇ ਰਿਹਾ ਸੀ। ਇਹ ਦੇਖੋ ਤੁਸੀਂ, ਇਹ ਵਾਲਾ ਜਿਹੜਾ ਵਿਸ਼ਾਲ ਪੰਨਾ ਤੁਹਾਨੂੰ ਨਜ਼ਰ ਆ ਰਿਹਾ, ਇਹ ਕਦੀ ਇਹ ਜਿਹੜੇ ਇੱਥੇ ਕਮਰੇ ਸਨ ਇੱਥੇ ਮੌਜੂਦ ਹੁੰਦੇ ਸਨ। ਇੱਥੇ ਬੜਾ ਵੱਡਾ ਕਿੱਕਰ ਦਾ ਬੂਟਾ ਹੁੰਦਾ ਸੀ ਔਰ ਇਸ ਤੋਂ ਬਾਅਦ ਇੱਕ ਇਸ਼ਨਾਨ ਘਾਟ ਹੁੰਦਾ ਸੀ। ਅਗਰ ਤੁਸੀਂ ਦੇਖੋ ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹੁਣ ਅਲੋਪ ਹੋ ਚੁੱਕੀਆਂ ਨੇ। ਬਾਬਾ ਬੁੱਢਾ ਜੀ ਦੇ ਵੰਸ਼ ਦੇ ਵਿੱਚੋਂ ਜਿਹੜੇ ਅਨਮੋਲ ਰਤਨ ਸਨ ਬਾਬਾ ਗੁਰਬਖਸ਼ ਸਿੰਘ, ਜਿਨ੍ਹਾਂ ਦਾ ਨਾਮ ਪੂਰਾ ਸੀ ਰਾਮ ਕੁੰਵਰ, ਔਰ ਉਹਨਾਂ ਨੇ ਇੱਥੇ ਇੱਕ ਵਿਸ਼ਾਲ ਗੁਰਦੁਆਰਾ ਬਣਾਇਆ ਸੀ ਜਿਹਦੇ ਕਮਰੇ ਜਿਹੜੇ ਸਨ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਸਨ, ਲੇਕਿਨ ਵਕਤ ਦੇ ਨਾਲ ਨਾਲ 47 ਤੋਂ ਬਾਅਦ ਜਿਹੜੇ ਨੇ ਅਲੋਪ ਹੋ ਗਏ। ਇਹ ਬਾਬਾ ਗੁਰਬਖਸ਼ ਸਿੰਘ ਜੀ ਦੀ ਜਿਹੜੀ ਹੈ ਉਹ ਸਮਾਧ ਹੈ, ਜਿਹੜੇ ਕਿ ਵਾਰਸ ਸਨ ਬਾਬਾ ਬੁੱਢਾ ਜੀ ਦੇ। ਇਹ ਉਹ 1 ਫੁੱਟ ਉੱਚੀ ਜਿਹੜੀ ਹੈ ਸਮਾਧ ਹੈ, ਜਿਹੜੀ ਕਿ ਹੁਣ ਸਕੂਲ ਦਾ ਪ੍ਰਾਇਮਰੀ ਸਕੂਲ ਦਾ ਜਿਹੜਾ ਹੈ। ਸਕੂਲ ਦੇ ਜਿਹੜੇ ਇੰਪਲਾਈ ਨੇ ਉਹ ਦੱਸ ਰਹੇ ਨੇ ਕਿ ਬੜੀ ਖੂਬਸੂਰਤ ਬਿਲਡਿੰਗ ਸੀ ਔਰ ਬਹੁਤ ਹੀ ਪਿਆਰਾ ਸਥਾਨ ਬਣਿਆ ਹੋਇਆ ਸੀ। ਅੱਛਾ, ਸਹੀ ਸਹੀ ਸਹੀ, ਉੱਤੇ ਬਹੁਤ ਵੱਡਾ ਸੀ ਹੈ। ਬੜੀ ਸੋਹਣੀ 12 ਤਾਰੀ ਸਹੀ ਜੀ, ਤੇ ਫਿਰ ਵਿੱਚੋਂ ਪੌੜੀ ਲਾਈ ਦੀ ਉੱਤੇ ਸੜਦੇ ਆ ਦੇ ਉੱਤੇ ਇੰਜ ਕਾ ਕੇ ਇੰਜ ਕਾ ਬਹੁਤ ਸੋਹਣੀ ਬਣੀ ਹੈ। ਇਹ ਵੀਰ ਜੀ ਦੱਸ ਰਹੇ ਨੇ ਕਿ ਲੋਕੇਸ਼ਨ ਦੱਸ ਰਹੇ ਨੇ ਕਿ ਕਿਸ ਤਰੀਕੇ ਨਾਲ ਇਹਦੇ ਉੱਤੇ ਚੜਿਆ ਜਾਂਦਾ ਸੀ ਔਰ ਸ਼ਹਿਰ ਦੇ ਚਾਰੋਂ ਪਾਸੇ ਨਜ਼ਰ ਮਾਰੀ ਜਾਂਦੀ ਸੀ। ਇਹ ਉਹ ਇਤਿਹਾਸਿਕ ਦਰਖਤ ਨੇ ਜਿਹੜੇ ਕਿ ਹੁਣ ਸੁੱਕਣ ਤੋਂ ਪਾਰੋਂ ਕੱਟ ਦਿੱਤੇ ਗਏ ਨੇ। ਇਹ ਐਂਟਰੈਂਸ ਹੁੰਦੀ ਸੀ ਗੁਰਦੁਆਰਾ ਸਾਹਿਬ ਦੀ, ਇੱਕ ਇੱਥੇ ਕੋਠਾ ਹੈ ਉਹਦੇ ਉੱਤੇ ਖਾਨਾ ਬਣੇ ਦਾ ਸੀ, ਓਪੀ ਬਣੀ ਦਾ ਸੀ ਉਹ ਬਹਿਣ ਵਾਸਤੇ ਆਦਮੀ। ਤੁਸੀਂ ਦੇਖ ਰਹੇ ਹੋ ਦੁਆਰਾ ਬਾਬਾ ਗੁਰਬਖਸ਼ ਸਿੰਘ ਜੀ, ਜਿਹੜੇ ਵਾਰਸ ਸਨ ਬਾਬਾ ਬੁੱਢਾ ਜੀ ਦੇ। ਤਾਂ ਫਿਰ ਤੁਸੀਂ ਦੇਖਦੇ ਰਹੋ ਖਾਲਸਾ ਰਾਜ ਫੁੱਟ ਸਟੈਪਸ ਇਨ ਪਾਕਿਸਤਾਨ। ਇਹ ਸਨ ਖਾਲਸਾ ਰਾਜ ਫੁੱਟ ਸਟੈਪਸ ਦਾ ਇੱਕ ਅਹਿਮ ਨਿਸ਼ਾਨ ਕੋਟ ਨੈਣਾ ਦੇ ਵਿੱਚ, ਜਿਹਨੂੰ ਕਿ ਮੈਂ ਲੱਭਣ ਵਾਸਤੇ ਇਸਲਾਮਾਬਾਦ ਤੋਂ ਘੱਟੋ ਘੱਟ 8 ਘੰਟੇ ਦੀ ਡਰਾਈਵ ਕਰਕੇ ਮੈਂ ਇੱਥੇ ਪਹੁੰਚਿਆ ਵਾਂ। ਸੇਵ ਗੁਰਦੁਆਰਾਸ ਐਂਡ ਟੈਂਪਲਸ ਆਫ ਪਾਕਿਸਤਾਨ।
ਉਹ ਜਿਹੜੇ ਕਮਰੇ ਬਣੇ ਨੇ ਨਾ ਝੂਟੀ ਦੇ ਉੱਪਰ ਸਾਰੇ ਢਾਲ ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਔਰ ਤੁਸੀਂ ਦੇਖ ਰਹੇ ਹੋ ਸਮਾਧ ਬਾਬਾ ਗੁਰਬਖਸ਼ ਸਿੰਘ ਜੀ ਸਪੂਤ ਬਾਬਾ ਬੁੱਢਾ ਜੀ ਇੱਥੋਂ ਕੁਛ ਹੀ ਦੂਰ 'ਤੇ ਜੰਮੂ ਹੈ ਔਰ ਕੁਛ ਹੀ ਫਾਸਲੇ 'ਤੇ ਬਟਾਲਾ ਹੈ ਔਰ ਕੁਛ ਹੀ ਫਾਸਲੇ 'ਤੇ ਡਿਸਟ੍ਰਿਕਟ ਗੁਰਦਾਸਪੁਰ ਹੈ ਦੱਸਿਆ ਜਾ ਰਿਹਾ ਹੈ ਕਿ ਇਹ 20 ਵਿਗੇ ਜ਼ਮੀਨ ਜਿਹੜੀ ਸੀ ਇਹਦੇ ਨਾਮ ਸੀ ਪਿੱਛੇ ਵੀ ਆਉਣਾ ਦੀ ਹੈ ਪਿੱਛੇ ਵੀ ਬੜੀ ਸ਼ਾਨਦਾਰ ਜਗ੍ਹਾ ਬਹੁਤ ਪਿਆਰੀ ਜਗ੍ਹਾ ਇਹ ਸਾਰੀ ਵੇਖਦੀ ਵੀ ਇਹ ਵੇਖਦੀ ਵੀ ਆਉਣਾ ਜਗ੍ਹਾ ਕਿਸੇ ਦੌੜ ਜਾਂਦਾ ਆਪਣੇ ਨਾਲ ਕਰਾ